ਅੱਜ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਜੀ ਦੇ ਉਹਨਾਂ ਦੇ ਨਾਲ ਜਿੰਨੇ ਵੀ ਮੇਰੇ ਨੰਬਰਦਾਰ ਸਾਥੀ ਸਾਡੇ ਅਹੁਦੇ ਦਾ ਸਭ ਤੋਂ ਪਹਿਲਾਂ ਬੁਲਾਓ ਸਾਡੇ ਯੂਨੀਅਨ ਦੇ ਆਪਣੀ ਜਿਹੜੀ ਕਾਰਗੁਜ਼ਾਰੀ ਆ ਜਾਂ ਆਪਾਂ ਜਿਹੜੇ ਯੂਨੀਅਨ ਦੇ ਆਪਣੇ ਮਸਲੇ ਆ ਉਹਨਾਂ ਨੂੰ ਸਰਕਾਰ ਤੇ ਲਿਜਾਣ ਲਈ ਕੋਸ਼ਿਸ਼ਾਂ ਜ਼ਰੂਰ ਜਾਰੀ ਰਹੀਆਂ। ਫਿਰ ਵੀ ਜਦੋਂ ਆਪਾਂ ਮੀਟਿੰਗ ਕਰਦੇ ਹਾਂ ਇਹਦੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਹਰ ਇੱਕ ਮੰਤਰੀ ਦੇ ਮਗਰ ਹਰ ਇੱਕ ਮੁੱਖ ਮੰਤਰੀ ਦੀ ਪਹੁੰਚ ਦੇ ਕਰਨ ਤਾਈਂ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ। ਪ੍ਰਧਾਨ ਸਾਹਿਬ ਰੋਜ਼ ਦੂਜੇ ਚੌਥੇ ਹੁਣ ਵੀ ਉਹਨਾਂ ਦਾ ਫੋਨ ਆਉਂਦਾ ਉਹਨਾਂ ਦਾ ਨੰਬਰਦਾਰਾਂ ਦਾ ਇੱਥੇ ਆਉਣ 'ਤੇ ਧੰਨਵਾਦ ਕਰਦੇ ਜੀ ਆਇਆਂ ਕਹਿੰਦੇ ਹਾਂ ਔਰ ਜੀ ਆਇਆਂ ਕਹਿੰਦੇ ਹਾਂ ਸਾਡੇ ਵਿੱਚ ਸਾਡੇ ਤਹਿਸੀਲਦਾਰ ਸਾਹਿਬ ਮਹਿਤ ਤਹਿਸੀਲਦਾਰ ਸਾਹਿਬ ਜਿਹੜੇ ਵਿਸ਼ੇਸ਼ ਤੌਰ 'ਤੇ ਅੱਜ ਪਹੁੰਚੇ ਆ ਇਹਨਾਂ ਨੂੰ ਵੀ ਅਸੀਂ ਜੀ ਹਰ ਇੱਕ ਨੰਬਰਦਾਰ ਜਿੰਨੇ ਬੈਠੇ ਆ ਪਹਿਲ ਦੇ ਆਧਾਰ 'ਤੇ ਔਰ ਸਾਫ਼ ਸੁਥਰਾ ਇਹਨਾਂ ਦਾ ਜਿਹੜਾ ਕੰਮ ਆ ਕਦੇ ਵੀ ਇਹਨਾਂ ਨੇ ਕੋਈ ਆਪਣੇ ਲੰਬੜਦਾਰਾਂ ਲਈ ਜਾਂ ਜੁਨੀਅਨ ਦੇ ਹੋਣਾ ਜਿਹੜਾ ਦੂਜਾ ਇੱਕ ਸਮਾਂ ਹੋਰ ਤੁਸੀਂ ਦਾ ਜਵਾਬ ਸਵਾਲ ਕੀਤਾ ਸੀ ਕਿ ਚੌਂਕੀਦਾਰ ਆ ਜਿਹੜਾ ਆ ਉਹ ਚੌਂਕੀਦਾਰ ਆ ਲੰਬੜਦਾਰਾਂ ਦੇ ਨੂੰ ਜਿਹੜੀ ਚਿੱਠੀਆਂ ਜਾ ਰਹੀਆਂ ਜਾਂ ਲੰਬੜਦਾਰਾਂ ਨੂੰ ਮਰਿਆਦਾਂ ਜਾ ਰਹੀਆਂ ਪ੍ਰਧਾਨ ਸਾਹਿਬ ਨੂੰ ਸਾਰਿਆਂ ਨੂੰ ਸਤਿ ਭਾਈ ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡਾ ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਹਰ ਮਹੀਨੇ ਜਲਦੀ ਜਲਦੀ ਉਹਨਾਂ ਨੂੰ ਮੀਟਿੰਗ ਰੱਖਦੇ ਹਾਂ। ਮੀਟਿੰਗ ਰੱਖਣ ਨਾਲ ਇਹ ਹੁੰਦਾ ਕਿ ਆਪਣੇ ਜਿਹੜੇ ਕੋਈ ਆਪਣਾ ਗੱਲਾਂ ਸਾਂਝੀਆਂ ਕਰਦੇ ਹਾਂ ਜੀ ਇੱਥੇ ਤਾਂ ਪਹਿਲਾਂ ਆ ਜਾਂਦੇ ਪਹਿਲਾਂ ਹੁੰਦੇ ਹੁਣ 5-6 ਦਿਨ ਮੀਂਹ ਆ ਮੈਂ ਹਰਕਮਲ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅੱਜ ਸਾਡੇ ਨਕੋਦਰ ਤਹਿਸੀਲ ਦੇ ਵਿੱਚ ਸਾਡੇ ਨੰਬਰਦਾਰਾਂ ਦੀ ਸਰਦਾਰ ਸੁਰਜੀਤ ਸਿੰਘ ਜੀ ਹੇਰ ਅਤੇ ਸਾਰੇ ਅਹੁਦੇਦਾਰਾਂ ਦੇ ਭਰਮੀ ਹਾਜ਼ਰੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਲੰਬੜਦਾਰਾਂ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਆ ਉਹ ਵਿਚਾਰੇ ਗਏ। ਪਿਛਲੇ ਸਮੇਂ ਦੇ ਵਿੱਚ ਸਾਡੀ ਪੰਜਾਬ ਨੰਬਰਦਾਰ ਯੂਨੀਅਨ ਜਿਹਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਜੀ ਸਮਰਾ ਅਤੇ ਕਾਰਜਕਾਰੀ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਨੇ ਨਹਿੜਾ ਸਾਹਿਬ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਹੁਦੇਦਾਰ ਬਹੁਤ ਹੀ ਜਦੋਂ ਜਹਿਦ ਦੇ ਵਿੱਚ ਕਰਕੇ ਪੰਜਾਬ ਸਰਕਾਰ ਦੇ ਨਾਲ ਸਮੇਂ ਸਮੇਂ 'ਤੇ ਜਿਹੜੇ ਸਾਡੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਯਾਦ ਕਰਾਉਣ ਲਈ ਮੀਟਿੰਗਾਂ ਕੀਤੀਆਂ। ਅਜੇ ਤੱਕ ਵੀ ਉਹਨਾਂ ਨੇ ਸਾਡੀਆਂ ਜਿਹੜੀਆਂ ਮੀਟਿੰਗਾਂ ਆ ਉਹਨਾਂ ਦੇ ਵਿੱਚ ਭਰੋਸਾ ਸਾਨੂੰ ਜ਼ਰੂਰ ਦਿੱਤਾ ਆ ਕਿ ਨੰਬਰਦਾਰਾਂ ਦੇ ਨਾਲ ਸੰਬੰਧਿਤ ਮਸਲੇ ਜਿਹੜੇ ਆ ਨੰਬਰਦਾਰਾਂ ਦੀਆਂ ਜਿਹੜੀਆਂ ਮਾਣ ਭੱਤੇ ਦੀ ਗੱਲ ਚਾਹੇ ਜੱਦੀ ਪੁਸ਼ਤੀ ਚਾਹੇ ਉਹਨਾਂ ਦੇ ਮਸਲੇ ਜਿਹੜੇ ਹੋ ਰਿਹਾ ਉਹ ਬਹੁਤ ਛੇਤੀ ਹੱਲ ਕੀਤੇ ਜਾਣਗੇ। ਪਰ ਸਾਨੂੰ ਉਹਨਾਂ ਨੇ ਅਜੇ ਤੱਕ ਭਰੋਸਾ ਹੀ ਦਿੱਤਾ ਸਾਡਾ ਮਸਲਾ ਹੱਲ ਨਹੀਂ ਹੋਇਆ। ਅਸੀਂ ਵੀ ਜਲੰਧਰ ਜ਼ਿਲ੍ਹੇ ਵੱਲੋਂ ਜਿਹੜੀ ਜਲੰਧਰ ਜ਼ਿਲ੍ਹੇ ਦੇ ਵਿੱਚ ਜ਼ਿਮਨੀ ਚੋਣ ਹੋਈ ਆ ਮੁੱਖ ਮੰਤਰੀ ਦੇ ਸਾਹਿਬ ਦੇ ਨਾਲ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਨੇ ਮਿਲ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਪਣੇ ਮਸਲੇ ਰੱਖੇ ਔਰ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਕਿ ਇਹ ਜ਼ਿਮਨੀ ਚੋਣ ਤੋਂ ਬਾਅਦ ਹੋਣ ਤੋਂ ਬਾਅਦ
ਵੀ ਤੁਹਾਡਾ ਜਿਹੜੇ ਤੁਹਾਨੂੰ ਚੰਡੀਗੜ੍ਹ ਸੱਦ ਕੇ ਤੁਹਾਡੇ ਮਸਲੇ ਵਿਚਾਰੇ ਜਾਣਗੇ ਔਰ ਇਸ ਨੂੰ ਛੇਤੀ ਮੈਂ ਹੱਲ ਕਰੂੰਗਾ। ਸੋ ਸਾਨੂੰ ਇਸ ਸਰਕਾਰ ਤੋਂ ਆਸ ਆ ਕਿ ਸਾਡੇ ਜਿਹੜੇ ਮਸਲੇ, ਸਾਡਾ ਮਾਣ ਪੱਤਾ, ਚਾਹੇ ਜਿਹੜਾ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਆ, ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਰਕਾਰ ਕੋਲ ਆਸ ਰੱਖਦੇ ਹਾਂ, ਨਹੀਂ ਤਾਂ ਨੰਬਰਦਾਰਾਂ ਦੇ ਵਿੱਚ ਸਰਕਾਰ ਪ੍ਰਤੀ ਜਿਹੜਾ ਰੋਸ ਆ ਉਹ ਦਿਨੋ ਦਿਨ ਵੱਧਦਾ ਆ। ਔਰ ਅਸੀਂ ਵੀ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਜਿਹੜੇ ਕੀਤੇ ਵਾਅਦੇ ਆ ਉਹ ਛੇਤੀ ਤੋਂ ਛੇਤੀ ਸਾਡੇ ਜਿਹੜੇ ਆ ਉਹ ਹੱਲ ਕੀਤੇ ਜਾਣ। ਦੇਖੋ ਜੀ, ਉੱਥੇ ਦੇ ਜਿਹੜੇ ਮਹਿੰਦਰ ਭਗਤ ਜੀ, ਜਿਹੜੇ MLA ਸਾਹਿਬ ਆ, ਪਵਨ ਟੀਨੂ ਜੀ ਆ, ਇਹਨਾਂ ਨੂੰ ਅਸੀਂ ਮਿਲ ਕੇ ਮੁੱਖ ਮੰਤਰੀ ਦੇ ਸਾਹਿਬ ਮਿਲਣ ਦੇ ਨਾਲ ਉਹਨਾਂ ਨਾਲ ਮੀਟਿੰਗ ਰੱਖਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਤੁਹਾਡੀ ਜਿਹੜੀ ਛੇਤੀ ਆ ਉਹ ਮੁੱਖ ਮੰਤਰੀ ਦੇ ਸਾਹਿਬ ਦੇ ਨਾਲ ਮੀਟਿੰਗ ਕਰਾ ਕੇ ਅਸੀਂ ਤੁਹਾਨੂੰ ਜਿਹੜਾ ਤੁਹਾਡਾ ਮਸਲਾ ਹੱਲ ਕਰਾਵਾਂਗੇ। ਦੇਖੋ, ਇਹ ਸਰਕਾਰ ਜਿਹੜੀ ਚੱਲਦੀ ਆ, ਹੁਣ ਤੱਕ ਇਹਨੇ ਸਾਨੂੰ ਲਾਰੇ ਲਾਏ ਆ, ਹੁਣ ਤੱਕ ਸਾਡਾ ਮਸਲਾ ਅਜੇ ਨਹੀਂ ਕੋਈ ਹੱਲ ਕੀਤਾ। ਅਸੀਂ ਆਸ ਰੱਖਦੇ ਹਾਂ ਕਿ ਇਹ ਛੇਤੀ ਤੋਂ ਛੇਤੀ ਸਾਡੇ ਮਸਲੇ ਹੱਲ ਕੀਤੇ ਜਾਣ, ਕਿਉਂਕਿ ਜਿਹੜਾ ਕੀਤਾ ਹੋਇਆ ਵਾਅਦਾ ਉਹਨੂੰ ਪੂਰਾ ਕੀਤਾ ਜਾਵੇ, ਨਹੀਂ ਤਾਂ ਸਾਡਾ ਜਿਹੜਾ ਉਹਨਾਂ ਦੇ ਵਿਰੋਧ, ਉਹਨਾਂ ਦੇ ਨਾਲ ਜਿਹੜਾ ਸਾਡਾ ਰੋਸ ਆ ਉਹ ਦਿਨੋ ਦਿਨ ਵੱਧਦਾ। ਅਗਲੀ ਰਣਨੀਤੀ ਜਿਹੜੀ ਆ ਸਾਡੇ ਪੰਜਾਬ ਦੀ, ਜਿਹੜੀ ਸਾਡੀ ਪੰਜਾਬ ਵਾਢੀ ਆ, ਸਾਡੇ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਆ ਨਨੇੜਾ ਸਾਹਿਬ, ਕਾਰਜਕਾਰੀ ਪ੍ਰਧਾਨ ਆ ਸਮਰਾ ਸਾਹਿਬ, ਕਿਰਪਾਲ ਸਿੰਘ ਜੀ ਸਮਰਾ ਸਾਹਿਬ, ਉਹਨਾਂ ਦੇ ਨਾਲ ਸਮੁੱਚੀ ਟੀਮ ਆ, ਜੋ ਵੀ ਸਾਨੂੰ ਹੁਕਮ ਕਰਨਗੇ, ਜੋ ਵੀ ਸਾਨੂੰ ਉਹ ਅਗਲਾ ਜਿਹੜੀ ਰਣਨੀਤੀ ਆ ਉਹਦੇ ਬਾਰੇ ਕੋਈ ਪ੍ਰੋਗਰਾਮ ਦੇਣਗੇ, ਅਸੀਂ ਉਹਦੇ ਵਿੱਚ ਉਹ ਜਿਹੜੀ ਗੱਲ ਲੈ ਕੇ ਰੱਖਾਂਗੇ। ਮੈਂ ਸੁਰਜੀਤ ਸਿੰਘ, ਤਹਿਸੀਲ ਪ੍ਰਧਾਨ ਨਕੋਦਰ, ਪੰਜਾਬ ਨੰਬਰਦਾਰ ਯੂਨੀਅਨ। ਅਸੀਂ ਮੈਂ ਸਾਰੇ ਅੱਜ ਦੀ ਜਿਹੜੀ ਸਾਡੀ 26 ਤਰੀਕ ਦੀ ਮੀਟਿੰਗ ਸੀ, ਸਾਰੇ ਤਹਿਸੀਲ ਦੇ ਨੰਬਰਦਾਰ, ਜਿਹਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਨੰਬਰਦਾਰ ਪਹੁੰਚੇ ਆ। ਮੈਂ ਆਪਣੇ ਵੱਲੋਂ ਉਹਨਾਂ ਸਾਰਿਆਂ ਦਾ ਇਕੱਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ, ਜਿਹੜੇ ਜਾਗਰੂਕ ਹੋਏ ਆਪਣੀਆਂ ਮੰਗਾਂ ਵਾਸਤੇ। ਉਹ ਸਰਕਾਰ ਦੇ ਜਿਹੜੀ ਕੰਨ 'ਤੇ ਜੂਹ ਨਹੀਂ ਸਰਕਦੀ, ਉਹਨੂੰ ਜੂਹ ਸਰਕਾਉਣ ਲਈ ਇਕੱਠੇ ਹੋ ਕੇ ਹਮਲਾ ਮਾਰ ਰਹੇ ਆ। ਤੋਂ ਨਾਲ ਹੀ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆ, ਸਰਦਾਰ ਹਰਕਮਲ ਸਿੰਘ ਜੀ ਸੰਧੂ ਸਾਹਿਬ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਦੁਬਾਰਾ ਫਿਰ ਸਾਰੀ ਸਮੁੱਚੀ ਸਾਡੀ ਜਿਹੜੀ ਟੀਮ ਆ ਨਕੋਦਰ ਦੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਅਤੇ ਨਾਇਬ ਤਹਿਸੀਲਦਾਰ ਸਾਹਿਬ ਜਿਹੜੇ ਸਾਡੀ ਮੀਟਿੰਗ ਵਿੱਚ ਪਹੁੰਚੇ ਸੀ, ਗੁਰਦੀਪ ਸਿੰਘ ਸੰਧੂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।